ਵਿਜੀਲੈਂਸ ਬਿਊਰੋ ਦੇ ਵੱਲੋਂ 6000 ਦੀ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਕਰਮਚਾਰੀ ਕਾਬੂ ਕੀਤਾ ਗਿਆ। ਦੱਸਦੇ ਕਿ ਲੁਧਿਆਣਾ ਦੇ ਪਾਰਟ ਟਾਈਮ ਕਰਮਚਾਰੀ ਹਰੀਸ਼ ਕੁਮਾਰ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 6000 ਰੁਪਏ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਜਗਦੀਪ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਤੱਕ ਪਹੁੰਚ ਕਰਕੇ ਦੱਸਿਆ ਕਿ ਉਸਨੇ ਆਪਣੇ ਨਾਮ ਦੇ ਜੱਦੀ ਘਰ ਦਾ ਤਬਾਦਲਾ ਕਰਵਾਉਣ ਦੇ ਲਈ ਨਗਰ ਨਿਗਮ ਲੁਧਿਆਣਾ ਤੋਂ ਟੈਕਸ ਸੁਪਰਡੈਂਟ ਰਜਿਸਟਰ ਨੰਬਰ 1 ਸਰਟੀਫਿਕੇਟ ਪ੍ਰਾਪਤ ਕਰਨਾ ਸੀ। ਇਹ ਇੱਕ ਜਗਦੀਪ ਸਿੰਘ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਤੋਂ, ਇਹ ਕਾਫੀ ਓਲਡ ਮੈਨ ਨੇ, ਇਹਨਾਂ ਦਾ ਕਹਿਣਾ ਸੀਗਾ ਵੀ ਅੱਜ ਸਾਡੇ ਕੋਲ ਆਏ ਸੀਗੇ ਰੇਂਜ ਵਿੱਚ, ਔਰ ਇਹਨਾਂ ਦਾ ਕਹਿਣਾ ਹੈਗਾ ਵੀ ਇੱਕ ਆਪਣਾ ਹਰੀਸ਼ ਕੁਮਾਰ ਨਾਂ ਦਾ ਕਾਰਪੋਰੇਸ਼ਨ 'ਚ ਮੁਲਾਜ਼ਮ ਹੈਗਾ, ਆਪਣੇ ਆਪ ਨੂੰ ਕਲਰਕ ਦੱਸਦਾ ਹੈਗਾ। ਉਹ ਇਹਨਾਂ ਨੇ ਕੋਈ TS ਫਾਰਮ ਲੈਣਾ ਸੀਗਾ ਵਿਸ਼ਕਰਮਾ ਕਲੋਨੀ 'ਚ, ਇਹਨਾਂ ਦਾ ਕੋਈ ਮਕਾਨ ਸੀ ਪੁਰਾਣਾ, ਕੋਈ 61 ਗਜ ਦਾ, ਅਤੇ ਉਹਦਾ ਇਹਨਾਂ ਨੂੰ TS-1 ਫਾਰਮ ਚਾਹੀਦਾ ਸੀਗਾ। ਇਹਨੇ ਫਿਰ ਇਹਨੂੰ ਅਪਰੋਚ ਕੀਤੀ, ਇਹ ਕਹਿੰਦਾ ਜੀ ਕੋਈ ਗੱਲ ਨਹੀਂ ਤੁਹਾਡਾ ਮੈਂ TS ਫਾਰਮ ਦਵਾ ਦੂੰਗਾ, ਅਤੇ 10000 ਦੀ ਇਹਨੇ ਡਿਮਾਂਡ ਕੀਤੀ। 4000 ਇਹਨਾਂ ਨੇ ਇਹ ਪਹਿਲਾਂ ਲੈ ਲਿਆ ਇੱਥੋਂ, ਔਰ ਕੱਲ੍ਹ ਇਹਨੂੰ ਕਹਿ ਰਿਹਾ ਸੀ ਮੈਨੂੰ ਗੂਗਲ ਪੇ ਕਰ ਦਿਓ 6000 ਰੁਪਇਆ, ਅਤੇ ਇਹਨਾਂ ਨੇ ਫਿਰ ਸਾਨੂੰ ਅਪਰੋਚ ਕੀਤੀ ਵੀ ਮੈਂ ਪੈਸੇ ਨਹੀਂ ਦੇਣੇ ਹੈਗੇ, ਕਰਪਸ਼ਨ ਜਿਹੜਾ ਬੰਦੇ ਕਰਦੇ ਨੇ ਫੜਾਉਣੇ ਆ ਉਹ। ਫਿਰ ਇਹਦਾ ਅਸੀਂ ਵੈਰੀਫਾਈ ਕਰਕੇ ਮੁਕੱਦਮਾ ਦਰਜ ਕੀਤਾ, ਔਰ ਇਹਨੂੰ ਅੱਜ ਇਹਨੇ ਉਹ ਮੰਦਰ ਹੈਗਾ ਆਪਣੇ ਜਿਹੜਾ ਇੱਧਰ ਦੁਗਰੀ ਰੋਡ ਵੱਲ ਜੈਨ ਮੰਦਰ ਦੇ ਲਾਗੇ ਇਹਨੇ ਕਿਹਾ ਸੀ ਵੀ ਤੁਸੀਂ ਉੱਥੇ ਆ ਜਾਓ, ਮੈਂ ਉੱਥੇ ਤੁਹਾਡੇ ਕੋਲ ਪੈਸੇ ਲੈ ਲੈਂਦਾ। ਉਹ ਜੈਨ ਮੰਦਰ ਦੇ ਨਜ਼ਦੀਕ ਕੋਈ ਪਾਰਕ ਹੈਗਾ, ਉਹ ਪਾਰਕ ਜਿਹੜਾ ਦੁਗਰੀ ਰੋਡ ਸਾਈਡ ਹੈਗਾ, ਉੱਥੇ ਫਿਰ ਇਹ ਕੰਪਲੇਨੈਂਟ ਕੋਲ ਗਿਆ ਹੈਗਾ। ਇਹਨੇ ਫਿਰ ਜਦੋਂ 6000 ਰੁਪਇਆ ਇਹਨੇ ਰੰਗੇ ਹੱਥੀ ਇਹਨੂੰ ਲੈਂਦੇ ਉਹਨੂੰ ਫੜਿਆ ਹੈਗਾ ਸਰਕਾਰੀ ਗਵਾਹ ਦੀ ਹਾਜ਼ਰੀ 'ਚ, ਇਹਨੂੰ ਕੱਲ੍ਹ ਨੂੰ ਅਸੀਂ ਅਦਾਲਤ ਵਿੱਚ ਪੇਸ਼ ਕਰਾਂਗੇ। ਕਿਹੜੇ ਜ਼ੋਨ ਦੇ ਵਿੱਚ ਸੀਗਾ ਇਹ? ਇਹ ਜ਼ੋਨ ਸੀ ਕਾਰਪੋਰੇਸ਼ਨ ਵਿੱਚ ਲੱਗਾ ਸੀਗਾ ਇਹ। ਜੀ ਕੋਈ ਕਰਮਚਾਰੀ ਸੀ ਜੀ? ਹਾਂ ਇਹ ਕਰਮਚਾਰੀ ਹੈ, ਵੈਸੇ ਹੈਗੇ ਪਾਰਟ ਟਾਈਮ ਕਰਦੇ ਹੈਗੇ ਆ ਜੀ, ਅਤੇ ਇਹ ਆਪਣੇ ਆਪ ਨੂੰ ਕਲਰਕ ਦੱਸ ਰਿਹਾ ਸੀ, ਬਾਕੀ ਅਸੀਂ ਵੈਰੀਫਾਈ ਕਰ ਰਹੇ ਹੋਰ ਕਿਤੇ। ਹਾਂਜੀ ਨਾਲ ਵੀ ਫਿਰ ਉਹ ਅਸੀਂ ਵੈਰੀਫਾਈ ਕਰਾਂਗੇ ਹੋਰ ਕਿਹੜਾ ਇਹਦੇ ਨਾਲ ਇਨਵੋਲਵ ਹੈਗਾ, ਵੈਰੀਫਾਈ ਕਰਕੇ ਅਗਲੀ ਕਾਰਵਾਈ ਕਰਾਂਗੇ। ਇਹਨਾਂ ਨੇ ਕਿਹੜਾ ਮੁਕੱਦਮਾ ਸੀ ਜੀ, ਕਿਹੜਾ ਪਾਇਆ? ਇਹਨਾਂ ਦੇ 7 PC Act ਦੇ ਤਹਿਤ ਨਾਲ 7 AS ਔਰ 120B ਵੀ ਲਾਈ ਹੈ, 420 ਵੀ ਲਾਈ ਹੈ, ਔਰ ਬਾਕੀ ਅਸੀਂ ਇਹਨੂੰ ਵੈਰੀਫਾਈ ਕਰਾਂਗੇ। ਇਹ 'ਤੇ ਵੀ ਇੱਕ ਪਹਿਲਾ ਪਰਚਾ ਹੋ ਚੁੱਕਾ 2005 ਵਿੱਚ। ਵਿਜੀਲੈਂਸ ਬਿਊਰੋ ਦੇ ਵੱਲੋਂ 6000 ਦੀ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਕਰਮਚਾਰੀ ਕਾਬੂ ਕੀਤਾ ਗਿਆ। ਦੱਸਦੇ ਕਿ ਲੁਧਿਆਣਾ ਦੇ ਪਾਰਟ ਟਾਈਮ ਕਰਮਚਾਰੀ ਹਰੀਸ਼ ਕੁਮਾਰ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 6000 ਰੁਪਏ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਜਗਦੀਪ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਤੱਕ ਪਹੁੰਚ ਕਰਕੇ ਦੱਸਿਆ ਕਿ ਉਸਨੇ ਆਪਣੇ ਨਾਮ ਦੇ ਜੱਦੀ ਘਰ ਦਾ ਤਬਾਦਲਾ ਕਰਵਾਉਣ ਦੇ ਲਈ ਨਗਰ ਨਿਗਮ ਲੁਧਿਆਣਾ ਤੋਂ ਟੈਕਸ ਸੁਪਰਡੈਂਟ ਰਜਿਸਟਰ ਨੰਬਰ 1 ਸਰਟੀਫਿਕੇਟ ਪ੍ਰਾਪਤ ਕਰਨਾ ਸੀ। ਇਹ ਇੱਕ ਜਗਦੀਪ ਸਿੰਘ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਤੋਂ, ਇਹ ਕਾਫੀ ਓਲਡ ਮੈਨ ਨੇ, ਇਹਨਾਂ ਦਾ ਕਹਿਣਾ ਸੀਗਾ ਵੀ ਅੱਜ ਸਾਡੇ ਕੋਲ ਆਏ ਸੀਗੇ ਰੇਂਜ ਵਿੱਚ, ਔਰ ਇਹਨਾਂ ਦਾ ਕਹਿਣਾ ਹੈਗਾ ਵੀ ਇੱਕ ਆਪਣਾ ਹਰੀਸ਼ ਕੁਮਾਰ ਨਾਂ ਦਾ ਕਾਰਪੋਰੇਸ਼ਨ 'ਚ ਮੁਲਾਜ਼ਮ ਹੈਗਾ, ਆਪਣੇ ਆਪ ਨੂੰ ਕਲਰਕ ਦੱਸਦਾ ਹੈਗਾ। ਉਹ ਇਹਨਾਂ ਨੇ ਕੋਈ TS ਫਾਰਮ ਲੈਣਾ ਸੀਗਾ ਵਿਸ਼ਕਰਮਾ ਕਲੋਨੀ 'ਚ, ਇਹਨਾਂ ਦਾ ਕੋਈ ਮਕਾਨ ਸੀ ਪੁਰਾਣਾ, ਕੋਈ 61 ਗਜ ਦਾ, ਅਤੇ ਉਹਦਾ ਇਹਨਾਂ ਨੂੰ TS-1 ਫਾਰਮ ਚਾਹੀਦਾ ਸੀਗਾ। ਇਹਨੇ ਫਿਰ ਇਹਨੂੰ ਅਪਰੋਚ ਕੀਤੀ, ਇਹ ਕਹਿੰਦਾ ਜੀ ਕੋਈ ਗੱਲ ਨਹੀਂ ਤੁਹਾਡਾ ਮੈਂ TS-1 ਫਾਰਮ ਦਵਾ ਦੂੰਗਾ,
ਅਤੇ 10,000 ਦੀ ਇਹਨੇ ਡਿਮਾਂਡ ਕੀਤੀ, 4,000 ਇਹਨਾਂ ਨੇ ਇਹ ਪਹਿਲਾਂ ਲੈ ਲਿਆ ਇਹਤੋਂ, ਔਰ ਕੱਲ੍ਹ ਇਹਨੂੰ ਕਹਿ ਰਿਹਾ ਸੀ ਮੈਨੂੰ ਗੂਗਲ ਪੇ ਕਰ ਦਿਓ 6,000 ਰੁਪਇਆ, ਅਤੇ ਇਹਨਾਂ ਨੇ ਫਿਰ ਸਾਨੂੰ ਅਪਰੋਚ ਕੀਤੀ ਵੀ ਮੈਂ ਪੈਸੇ ਨਹੀਂ ਦੇਣੇ ਹੈਗੇ, ਕਰਪਸ਼ਨ ਜਿਹੜਾ ਬੰਦੇ ਕਰਦੇ ਮੈਂ ਫੜਾਉਣੇ ਆ, ਉਹ ਫਿਰ ਇਹਦਾ ਅਸੀਂ ਵੈਰੀਫਾਈ ਕਰਕੇ ਮੁਕੱਦਮਾ ਦਰਜ ਕੀਤਾ, ਔਰ ਇਹਨੂੰ ਅੱਜ ਇਹਨੇ ਉਹ ਮੰਦਰ ਹੈਗਾ ਆਪਣੇ ਜਿਹੜਾ ਇੱਧਰ ਦੁਗਰੀ ਰੋਡ ਵੱਲ ਜੈਨ ਮੰਦਰ ਦੇ ਲਾਗੇ ਇਹਨੇ ਕਿਹਾ ਸੀ ਵੀ ਤੁਸੀਂ ਉੱਥੇ ਆ ਜਾਓ ਮੈਂ ਉੱਥੇ ਤੁਹਾਡੇ ਕੋਲ ਪੈਸੇ ਲੈ ਲੈਂਦਾ। ਉਹ ਜੈਨ ਮੰਦਰ ਦੇ ਨਜ਼ਦੀਕ ਕੋਈ ਪਾਰਕ ਹੈਗਾ, ਉਹ ਪਾਰਕ ਜਿਹੜਾ ਦੁਗਰੀ ਰੋਡ ਸਾਈਡ ਹੈਗਾ, ਉੱਥੇ ਫਿਰ ਇਹ ਕੰਪਲੇਨੈਂਟ ਕੋਲ ਗਿਆ ਹੈਗਾ। ਇਹਨੇ ਫਿਰ ਜਦੋਂ 6,000 ਰੁਪਇਆ ਇਹਨੇ ਰੰਗੇ ਹੱਥੀ ਇਹਨੂੰ ਲੈਂਦੇ ਉਹਨੂੰ ਫੜਿਆ ਹੈਗਾ ਸਰਕਾਰੀ ਗਵਾਹ ਦੀ ਹਾਜ਼ਰੀ 'ਚ, ਇਹਨੂੰ ਕੱਲ੍ਹ ਨੂੰ ਅਸੀਂ ਅਦਾਲਤ ਵਿੱਚ ਪੇਸ਼ ਕਰਾਂਗੇ। ਕਿਹੜੇ ਜ਼ੋਨ ਦੇ ਵਿੱਚ ਸੀਗਾ ਇਹ? ਇਹ ਜ਼ੋਨ ਸੀ ਕਾਰਪੋਰੇਸ਼ਨ ਵਿੱਚ ਲੱਗਾ ਸੀਗਾ ਇਹ। ਜੀ ਕੋਈ ਕਰਮਚਾਰੀ ਸੀ? ਹਾਂ ਇਹ ਕਰਮਚਾਰੀ ਹੈ, ਵੈਸੇ ਹੈਗੇ ਪਾਰਟ ਟਾਈਮ ਕਰਦੇ ਹੈਗੇ ਆ ਜੀ, ਅਤੇ ਇਹ ਆਪਣੇ ਆਪ ਨੂੰ ਕਲਰਕ ਦੱਸ ਰਿਹਾ ਸੀ, ਬਾਕੀ ਅਸੀਂ ਵੈਰੀਫਾਈ ਕਰ ਰਹੇ ਹੋਰ ਕਿਹਦੇ ਕਰਨਾ। ਹਾਂਜੀ ਨਾਲ ਵੀ ਪੇਰ ਲਿਆ ਗਿਆ ਉੱਥੇ, ਉਹ ਅਸੀਂ ਵੈਰੀਫਾਈ ਕਰਾਂਗੇ ਹੋਰ ਕਿਹੜਾ ਇਹਦੇ ਨਾਲ ਇਨਵੋਲਵ ਹੈਗਾ, ਵੈਰੀਫਾਈ ਕਰਕੇ ਅਗਲੀ ਕਾਰਵਾਈ ਕਰਾਂਗੇ। ਇਹਨਾਂ ਲਈ ਕਿਹੜਾ ਮੁਕੱਦਮਾ ਸੀ ਜੀ, ਕਿਹੜਾ ਪਾਇਆ? ਇਹਨਾਂ ਦੇ 7 PC ਐਕਟ ਦੇ ਤਹਿਤ ਨਾਲ 7 ASC ਔਰ 120 BB ਵੀ ਲਾਈ ਹੈ, 420 ਵੀ ਲਾਈ ਹੈ, ਔਰ ਬਾਕੀ ਅਸੀਂ ਇਹਨੂੰ ਵੈਰੀਫਾਈ ਕਰਾਂਗੇ। ਇਹ 'ਤੇ ਵੀ ਇੱਕ ਪਹਿਲਾਂ ਪਰਚਾ ਹੋ ਚੁੱਕਾ 2005 ਵਿੱਚ।